ਤੇ ਖਬਰਾਂ ਦਾ ਰੁਖ ਕਰਦੇ ਹਾਂ ਪੰਜਾਬ ਵੱਲ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਰੱਖੜਾ ਸ਼ੂਗਰ ਮਿੱਲ ਨੂੰ ਮੁੜ ਚਾਲੂ ਕਰਵਾਉਣ ਦੀ ਗੱਲ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਗੌਰ ਕਰੇਗੀ। ਕਾਬਲੇ ਗੌਰ ਹੈ ਕਿ ਬ੍ਰਹਮ ਮਹਿੰਦਰਾ ਆਪਣੀ ਵਿਸ਼ੇਸ਼ ਫੇਰੀ ਦੌਰਾਨ ਨਾਭਾ ਦੇ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਹਨਾਂ ਨੇ ਮੇਰੇ ਨੋਟਿਸ 'ਚ ਲੈਂਦੀਆਂ ਕਈ ਗੱਲਾਂ ਬਹੁਤ ਮੈਨੂੰ ਪੁਰਾਣੇ ਲੋਕ ਮਿਲੇ ਨੇ, ਬਜ਼ੁਰਗ ਮਿਲੇ ਨੇ, ਸਭ ਨੇ ਦੱਸਿਆ ਕਿ ਜੇ ਸ਼ੂਗਰ ਮਿੱਲ ਚੱਲ ਜਾਵੇ ਤਾਂ ਇਲਾਕੇ ਦਾ ਬੜਾ ਫਾਇਦਾ ਹੋਊਗਾ। ਮੈਂ ਇਹ ਮਾਮਲਾ ਬਹੁਤ ਜਲਦੀ ਜਾ ਕੇ ਚੀਫ ਮਿਨਿਸਟਰ ਸਾਹਿਬ ਨਾਲ ਟੇਕਅਪ ਕਰੂੰਗਾ ਔਰ ਉਹਨਾਂ ਨਾਲ ਡਿਸਕਸ ਕਰੂੰਗਾ ਇਸ ਗੱਲ ਨੂੰ, ਔਰ ਜੇ ਕੋਈ ਸਮਾਧਾਨ ਐਸਾ ਬਣ ਸਕਿਆ ਕਿ ਮਿੱਲ ਅਸੀਂ ਚਲਾ ਸਕਦੇ ਹਾਂ ਤਾਂ ਉਹਨੂੰ ਜ਼ਰੂਰ ਚਲਾਵਾਂਗੇ।